ਹੈਲੋ ਗਾਇਜ਼ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਜੇਕਰ ਤੁਸੀਂ ਇਸ ਚੈਨਲ ਉੱਪਰ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਆਪਣੇ ਐਸੇ ਆ ਜਿਹੜਾ ਏਜੀ ਗਾਰਡਨਰ ਦੁਆਰਾ ਲਿਖਿਆ ਗਿਆ ਐਸੇ ਔਨ ਲੈਟਰ ਰਾਈਟਿੰਗ ਉਸ ਦੀ ਜਿਹੜੀ ਸਮਰੀ ਹੈ ਪੰਜਾਬੀ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਦੇਖੋ ਜਿੱਦਾਂ ਕਿ ਆਪਾਂ ਨੂੰ ਇਸ ਦੇ ਟਾਈਟਲ ਤੋਂ ਹੀ ਪਤਾ ਚੱਲ ਰਿਹਾ ਏ ਔਨ ਲੈਟਰ রাইਟਿੰਗ ਮਤਲਬ ਕਿ ਚਿੱਠੀ ਲਿਖਣ ਦੇ ਬਾਰੇ ਜਿਹੜੇ ਆਪਾਂ ਨੂੰ ਇਸ ਐਸੇ ਦੇ ਵਿੱਚ ਏ ਜੀ ਗਾਰਡੀਨਰ ਨੇ ਆਪਾਂ ਨੂੰ ਦੱਸਿਆ ਸੋ ਇਹਦੇ ਵਿੱਚ ਜਿਹੜਾ ਰਾਈਟਰ ਆਪਾਂ ਨੂੰ ਕੀ ਦੱਸਦਾ ਉਹ ਆਪਾਂ ਨੂੰ ਇਹ ਗੱਲ ਦੱਸਦਾ ਕਿ ਪੁਰਾਣੇ ਸਮੇਂ ਦੇ ਵਿੱਚ ਕਿੱਦਾਂ ਜਦੋਂ ਆਪਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਫਿਰ ਆਪਣੀ ਫੈਮਿਲੀ ਨੂੰ ਜਦੋਂ ਦੂਰ ਹੁੰਨਿਆਂ ਚਿੱਠੀ ਲਿਖਦੇ ਸੀਗੇ ਜਿਹੜੀ ਉਹ ਕਲਾ ਹੈ ਚਿੱਠੀ ਲਿਖਣ ਦੀ ਉਹ ਪਰੰਪਰਾ ਹੈ ਉਹ ਅੱਜ ਕੱਲ ਕੀ ਹੈ ਉਹ ਕਹਿੰਦਾ ਉਹ ਅਲੋਪ ਹੁੰਦੀ ਜਾ ਰਹੀ ਹੈ ਸੋ ਇਸ 에ਸੇ ਦੇ ਵਿੱਚ ਏਜੀ ਗਾਰਡਨਰ ਨੇ ਆਪਾਂ ਨੂੰ ਜਿਹੜੀ ਚਿੱਠੀ ਲਿਖਣ ਦੀ ਇੱਕ ਕਲਾ ਹੈ ਪਰੰਪਰਾ ਹੈ ਉਸ ਦੇ ਅਲੋਪ ਹੋ ਜਾਣ ਦੇ ਬਾਰੇ ਆਪਾਂ ਨੂੰ ਇਸ 에ਸੇ ਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਉਹ ਜਿਹੜੀ ਖਤਮ ਹੋ ਗਈ ਹੈ ਉਹ ਆਪਣੀ ਟਰੈਡੀਸ਼ਨ ਸੋ ਉਸ ਦੇ ਖਤਮ ਹੋਣ ਦੇ ਕੀ ਕਾਰਨ ਨੇ ਉਸ ਦੇ ਆਪਾਂ ਨੂੰ ਇੱਕ ਦੋ ਕਾਰਨ ਵੀ ਉਹਨਾਂ ਨੇ ਦੱਸੇ ਨੇ ਜਿਹੜੀ ਕਿ ਆਪਾਂ ਸਟੋਰੀ ਦੇ ਵਿੱਚ ਡਿਸਕਸ ਕਰਦੇ ਹਾਂ ਸੋ ਦੇਖੋ ਇਸ ਸਟੋਰੀ ਦੇ ਵਿੱਚ ਦੋ ਕਰੈਕਟਰ ਵੀ ਜਿਹੜੇ ਮੈਂਸ਼ਨ ਕੀਤੇ ਗਏ ਨੇ ਸैम ਅਤੇ ਬਿੱਲ ਸੋ ਏ ਜੀ ਗਾਰਡਨ ਦਾ ਜਿਹੜਾ ਆਪਾਂ ਨੂੰ ਉਹ ਦੱਸਦਾ ਹੈ ਕਿ ਇੱਕ ਵਾਰ ਉਹ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨ ਦੇ ਵਿੱਚ ਸਫਰ ਕਰਨ ਦੇ ਲਈ ਜਾ ਰਿਹਾ ਸੀ ਉਹ ਰੇਲ ਦੇ ਵਿੱਚ ਬੈਠਾ ਸੀ ਟ੍ਰੇਨ ਦੇ ਵਿੱਚ ਬੈਠਾ ਸੀ ਡੱਬੇ ਦੇ ਵਿੱਚ ਤਾਂ ਉੱਥੇ ਦੋ ਲੜਕੇ ਜਿਹੜੇ ਸਹਿਮ ਅਤੇ ਬਿੱਲ ਦੋ ਭਰਾ ਨੇ ਜਿਹੜੇ ਕੀ ਇਹ ਸਹਿਮ ਅਤੇ ਬਿੱਲ ਨੇ ਉਹ ਆਰਮੀ ਦੇ ਵਿੱਚ ਨੇ ਆਰਮੀ ਦੇ ਵਿੱਚ ਨੇ ਉਹ ਤੇ ਉਹ ਛੁੱਟੀ ਆਏ ਹੋਏ ਸੀ ਜਿਹਦੇ ਵਿੱਚੋਂ ਜਿਹੜਾ ਬਿੱਲ ਹੈ ਉਸ ਦੀਆਂ ਨੇ ਛੁੱਟੀਆਂ ਨੇ ਉਹ ਖਤਮ ਹੋ ਗਈਆਂ ਇਸ ਲਈ ਉਹ ਵਾਪਸ ਆਰਮੀ ਦੇ ਵਿੱਚ ਆਪਣੀ ਯੂਨਿਟ ਦੇ ਵਿੱਚ ਜਾ ਰਿਹਾ ਤੇ ਸਹਿਮ ਹੈ ਜਿਹੜਾ ਉਹ ਉਸ ਨੂੰ ਰੇਲਵੇ ਸਟੇਸ਼ਨ ਦੇ ਉੱਪਰ ਡ੍ਰੌਪ ਕਰਨ ਆਇਆ ਤਾਂ ਜਦੋਂ ਬਿੱਲ ਹੈ ਜਿਹੜਾ ਉਹ ਰੇਲਵੇ ਸਟੇਸ਼ਨ ਤੇ ਆਉਂਦਾ ਹੈ ਟ੍ਰੇਨ ਦੇ ਵਿੱਚ ਡੱਬੇ ਦੇ ਵਿੱਚ ਬਹਿ ਜਾਂਦਾ ਹੈ ਉਸੇ ਡੱਬੇ ਦੇ ਵਿੱਚ ਬੈੰਦਾ ਜਿਸ ਡੱਬੇ ਦੇ ਵਿੱਚ ਆਪਣਾ ਜਿਹੜਾ ਰਾਈਟਰ ਹੈ ਏ ਜੀ ਗਾਰਡਨਰ ਉਹ ਬੈਠਾ ਹੁੰਦਾ ਹੈ ਤਾਂ ਉੱਥੇ ਜਿਹੜਾ ਰਾਈਟਰ ਹੈ ਉਹ ਕੀ ਦੇਖਦਾ ਹੈ ਜਦੋਂ ਇਹ ਦੋਨੋਂ ਭਰਾ ਆਉਂਦੇ ਨੇ ਜਿਹੜਾ ਬਿੱਲ ਹੈ ਉਹ ਟ੍ਰੇਨ ਦੇ ਵਿੱਚ ਬੈਹ ਜਾਂਦਾ ਤਾਂ ਸੈਮ ਉਸ ਨੂੰ ਬੋਲਦਾ ਹੈ ਕਿ ਜਦੋਂ ਤੂੰ ਆਪਣੀ ਯੂਨਿਟ ਦੇ ਵਿੱਚ ਪਹੁੰਚ ਗਿਆ ਤਾਂ ਉੱਥੇ ਜਾ ਕੇ ਲੈਟਰ ਲਿਖਦੀ ਮਤਲਬ ਇੱਕ ਖਤ ਲਿਖਦੀ ਜਿਹੜਾ ਬਿੱਲ ਹੈ ਉਹ ਕਹਿੰਦਾ ਵੀ ਠੀਕੇ ਖਤ ਲਿਖ ਦੇਵਾਂਗਾ ਤੇ ਇਸ ਦੇ ਨਾਲ ਹੀ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਿਹੜਾ ਬਿੱਲ ਹੈ ਉਸ ਸैम ਨੂੰ ਕਹਿੰਦਾ ਕਿ ਜਿਹੜਾ ਲੈਟਰ ਲਿਖਣਾ ਚਿੱਠੀ ਲਿਖਣਾ ਬਹੁਤ ਹੀ ਮੁਸ਼ਕਿਲ ਕੰਮ ਹੈ ਜੇਕਰ ਕਹਿੰਦਾ ਆਪਾਂ ਇੱਕ ਰਿਸ਼ਤੇਦਾਰ ਨੂੰ ਚਿੱਠੀ ਲਿਖਦੇ ਆ ਤਾਂ ਦੂਸਰੇ ਰਿਸ਼ਤੇਦਾਰ ਨੇ ਜਿਹੜੇ ਉਰਸ ਜੰਦੇ ਨੇ ਸैम ਇਸ ਦੇ ਨਾਲ ਸਹਿਮਤ ਹੁੰਦਾ ਤੇ ਨਾਲੇ ਇਹ ਵੀ ਗੱਲ ਕਰਦੇ ਨੇ ਕਿ ਚਿੱਠੀ ਲਿਖਣਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ ਜਦੋਂ ਚਿੱਠੀ ਲਿਖਣ ਲੱਗਦੇ ਆ ਤਾਂ ਜਿਹੜਾ ਆਪਾਂ ਨੂੰ ਟਾਪਿਕ ਹੈ ਮੇਨ ਟਾਪਿਕ ਹੈ ਚਿੱਠੀ ਲਿਖਣ ਲੱਗਿਆ ਆਪਾਂ ਨੂੰ ਕੁਝ ਪਤਾ ਹੀ ਨਹੀਂ ਚੱਲਦਾ ਵੀ ਚਿੱਠੀ ਦੇ ਵਿੱਚ ਕੀ ਲਿਖੀਏ ਤੇ ਨਾਲ ਦੋਮੋ ਇਹ ਵੀ ਗੱਲ ਕਰਦੇ ਨੇ ਕੀ ਚਿੱਠੀ ਲਿਖਣ ਤੋਂ ਬੈਟਰ ਘਰਦਿਆਂ ਨੂੰ ਆਪਣਿਆਂ ਨੂੰ ਚਿੱਠੀ ਲਿਖਣ ਤੋਂ ਜ਼ਿਆਦਾ ਬੈਟਰ ਹੈ ਕਿ ਜਦੋਂ ਆਪਾਂ ਆਪਣੇ ਪ੍ਰੇਮੀ ਨੂੰ ਪ੍ਰੇਮ ਪੱਤਰ ਲਿਖਦੇ ਆ ਕਿਉਂਕਿ ਉਸ ਦੇ ਵਿੱਚ ਆਪਾਂ ਕਹਿੰਦੇ ਕੁਝ ਵੀ ਲਿਖ ਸਕਦੇ ਆ ਇੱਧਰ ਉੱਧਰ ਦੀਆਂ ਗੱਲਾਂ ਸਭ ਚੱਲਦੀਆਂ ਨੇ ਬਟ ਜਦੋਂ ਆਪਾਂ ਆਪਣੀ ਫੈਮਿਲੀ ਨੂੰ ਜਾਂ ਫਿਰ ਰਿਸ਼ਤੇਦਾਰ ਨੂੰ ਆਪਣੇ ਬਾਰੇ ਕੁਝ ਗੱਲਾਂ ਲਿਖਣੀਆਂ ਹੋਣ ਚਿੱਠੀ ਲਿਖਣੀ ਹੋਵੇ ਹਾਲਚਾਲ ਦੱਸਣਾ ਹੋਵੇ ਤਾਂ ਉਦੋਂ ਕਹਿੰਦੇ ਚਿੱਠੀ ਲਿਖਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਜਦੋਂ ਚਿੱਠੀ ਲਿਖਣ ਬੈਠਦੇ ਆ ਤਾਂ ਆਪਾਂ ਨੂੰ ਕੁਝ ਵੀ ਦਿਮਾਗ ਦੇ ਵਿੱਚ ਨਹੀਂ ਆਉਂਦਾ ਕਿ ਚਿੱਠੀ ਦੇ ਵਿੱਚ ਕੀ ਲਿਖੀਏ ਸੋ ਏਜੀ ਦਿਨਰਾ ਜਿਹੜਾ ਉਹ ਇਹਨਾਂ ਦੂਮਾ ਭਰਾਵਾਂ ਦੀ ਜਿਹੜੇ ਗੱਲਾਂ ਨੇ ਉਹ ਸੁਣ ਰਿਹਾ ਹੈ ਸੋ ਉਸ ਤੋਂ ਬਾਅਦ ਕੀ ਹੁੰਦਾ ਟ੍ਰੇਨ ਚੱਲ ਪੰਦੀ ਹੈ ਸੈਮ ਚਲਾ ਜਾਂਦਾ ਜਿਹੜਾ ਬਿੱਲ ਹੈ ਉਹ ਟ੍ਰੇਨ ਦੇ ਵਿੱਚ ਏਜੀ ਗਾਰਡੀਨਰ ਦੇ ਨਾਲ ਹੀ ਹੁੰਦਾ ਤਾਂ ਉੱਥੇ ਕੀ ਹੈ ਇਹ ਆਪਣੀਆਂ ਗੱਲਾਂ ਦੱਸਣ ਲੱਗਦਾ ਅੱਗੇ ਜਦੋਂ ਸਫ਼ਰ ਦੇ ਵਿੱਚ ਜਾਂਦੇ ਨੇ ਤਾਂ ਜਿਹੜਾ ਬਿੱਲ ਹੈ ਉਹ ਦੱਸਦਾ ਕਿ ਕਿਸ ਤਰ੍ਹਾਂ ਉਸਨੇ ਆਰਮੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੜਾਈਆਂ ਨੇ ਯੁੱਧ ਨੇ ਉਹ ਲੜੇ ਨੇ ਮਤਲਬ ਕਿ ਉਸ ਨੂੰ ਜ਼ਿੰਦਗੀ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਬਟ ਫਿਰ ਵੀ ਚਿੱਠੀ ਲਿਖਣ ਲੱਗੇ ਉਸਦੇ ਦਿਮਾਗ ਦੇ ਵਿੱਚ ਕੁਝ ਨਹੀਂ ਆਉਂਦਾ ਹਾਲਾਂਕਿ ਉਹਦੇ ਲਵੇ ਟੌਪਿਕ ਬਹੁਤ ਹੁੰਦੇ ਨੇ ਉਹ ਬਹੁਤ ਕੁਝ ਦੱਸ ਸਕਦਾ ਪਰ ਜਦੋਂ ਚਿੱਠੀ ਲਿਖਣ ਲੱਗਦਾ ਤਾਂ ਉਸਦੇ ਦਿਮਾਗ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਜਾਵੇ ਸੋ ਇਹੀ ਗੱਲ ਆਪਾਂ ਨੂੰ ਏਜੀ ਗਾਰਡੀਨਰ ਜਿਹੜਾ ਉਹ ਦੱਸਦਾ ਹੈ ਕਿ ਚਿੱਠੀ ਲਿਖਣਾ ਜਿਹੜਾ ਉਹ ਇੱਕ ਆਰਟ ਹੈ ਇੱਕ ਕਲਾ ਹੈ ਜਿਹੜੀ ਕਿ ਹਰ ਇੱਕ ਦੇ ਬਸ ਦੇ ਵਿੱਚ ਨਹੀਂ ਹੈਗੀ ਪਰ ਅੱਜ ਕੱਲ੍ਹ ਕਹਿੰਦੇ ਕੀ ਹੈ ਜਿਹੜਾ ਚਿੱਠੀ ਲਿਖਣਾ ਆਪਣੇ ਪਰਿਵਾਰ ਨੂੰ ਜਾਂ ਫਿਰ ਰਿਸ਼ਤੇਦਾਰਾਂ ਨੂੰ ਉਹ ਖਤਮ ਹੁੰਦਾ ਜਾ ਰਿਹਾ ਹੈ ਆਪਾਂ ਨੂੰ ਜਿਹੜਾ ਰਾਈਟਰ ਹੈ ਇਹ ਦੱਸ ਰਿਹਾ ਵੀ ਚਿੱਠੀ ਲਿਖਣਾ ਖਤਮ ਹੁੰਦਾ ਜਾ ਰਿਹਾ ਹੈ ਇਹ ਜਿਹੜੀ ਪਰੰਪਰਾ ਚਿੱਠੀ ਲਿਖਣ ਦੀ ਅੱਜ ਕੱਲ੍ਹ ਅਲੋਪ ਹੋ ਰਹੀ ਹੈ ਤੇ ਉਸ ਦੇ ਅਲੋਪ ਹੋਣ ਦੇ ਜਿਹੜੇ ਕੁਝ ਕਾਰਨ ਨੇ ਉਹ ਵੀ ਆਪਾਂ ਨੂੰ ਰਾਈਟਰ ਨੇ ਦੱਸੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਕਾਰਨ ਦੱਸਿਆ ਗਿਆ ਟੈਕਨੋਲੋਜੀ ਆਪਣੀ ਮਾਡਰਨ ਟੈਕਨੋਲੋਜੀ ਜਿੱਦਾਂ ਕਿ ਆਪਣੇ ਸੈੱਲਫੋਨ ਆ ਗਏ ਇੰਟਰਨੈਟ ਆ ਗਿਆ ਜਿਹਦੇ ਵਿੱਚ ਆਪਾਂ ਫੇਸਬੁੱਕ ਵਟਸਐਪ ਵਗੈਰਾ ਤੇ ਡਾਇਰੈਕਟ ਜਿਹੜੀ ਉਹ ਚੈਟ ਕਰਦੇ ਆ ਜਾਂ ਫਿਰ ਮੇਲ ਜਿਸ ਦੇ ਨਾਲ ਕਹਿੰਦੇ ਕੀ ਹੈ ਵੀ ਆਪਾਂ ਸਿਰਫ ਮੌਕੇ ਤੇ ਹੀ ਇੱਕ ਦੋ ਮਿੰਟ ਡਾਇਰੈਕਟ ਗੱਲ ਕਰਕੇ ਬਸ ਉੱਥੇ ਹੀ ਕੰਮ ਹੈ ਜਿਹੜਾ ਆਪਾਂ ਸਮਾਪਤ ਕਰ ਦਿੰਦੇ ਆ ਜਿਸ ਤਰ੍ਹਾਂ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਨੀ ਹੈ ਫੋਨ ਕੀਤਾ ਗੱਲ ਹੋ ਗਈ 5 ਮਿੰਟ ਓਕੇ ਤਾਂ ਕੀ ਹੈ ਜਿਹੜਾ ਚਿੱਠੀ ਲਿਖਣਾ ਹੈ ਇਸ ਕਾਰਨ ਉਹ ਬਹੁਤ ਹੀ ਜ਼ਿਆਦਾ ਘਟ ਗਿਆ ਜਿਹੜਾ ਦੂਸਰਾ ਕਾਰਨ ਹੈ ਉਹ ਦੂਸਰਾ ਕਾਰਨ ਇਹ ਹੈ ਕਿ ਜਿਹੜਾ ਚਿੱਠੀ ਲਿਖਣਾ ਹੈ ਉਹ ਇੱਕ ਬਹੁਤ ਹੀ ਸਸਤਾ ਸਾਧਨ ਹੈ ਅੱਜ ਕੱਲ ਜਿਹੜੇ ਲੋਕਾਂ ਦੀ ਮੈਂਟੈਲਿਟੀ ਇਹ ਹੋ ਗਈ ਹੈ ਕਿ ਸਸਤੀ ਚੀਜ਼ ਨੂੰ ਲੋਕ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਿੱਦਾਂ ਕਿ ਚਿੱਠੀ ਲਿਖਣਾ ਕਿਸੇ ਨੂੰ ਡੱਗ ਭੇਜਣਾ ਉਹ ਬਿਲਕੁਲ ਸਸਤਾ ਸਾਧਨ ਹੈ ਤਾਂ ਅੱਜ ਕੱਲ ਕੀ ਹੈ ਇਸ ਕਾਰਨ ਉਹ ਚਿੱਠੀ ਲਿਖਣਾ ਜਿਹੜਾ ਉਹ ਬੰਦ ਹੋ ਚੁੱਕਿਆ ਤੇ ਤੀਸਰਾ ਕੀ ਹੈ ਅੱਜ ਕੱਲ ਤੇ ਜਿਹੜੇ ਲੋਕ ਨੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਸੇ ਕੋਲ ਵੀ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਚਿੱਠੀ ਲਿਖ ਸਕੀਏ ਪਹਿਲਾਂ ਦੇ ਸਮੇਂ ਦੇ ਵਿੱਚ ਲੋਕਾਂ ਕੋਲ ਟਾਈਮ ਸੀ ਸਮਾਂ ਸੀ ਆ ਉਹ ਚਿੱਠੀਆਂ ਕੀ ਐ ਲਿਖਦੇ ਸੀ ਤੇ ਓਕਸਾਈਟਿਡ ਵੀ ਸੀਗੇ ਪਰ ਹੁਣ ਕੀ ਐ ਕਿਸੇ ਕੋਲੰਨਾ ਟਾਈਮ ਨਹੀਂ ਹੈਗਾ ਕਿ ਉਹ ਕਿਸੇ ਨੂੰ ਚਿੱਠੀ ਲਿਖੇ ਅਤੇ ਨਾ ਹੀ ਅੱਗੇ ਵਾਲੇ ਕੋਲ ਟਾਈਮ ਹੈ ਕਿ ਕਿਸੇ ਦੀ ਚਿੱਠੀ ਰਿਸੀਵ ਕਰਕੇ ਉਸ ਨੂੰ ਆਰਾਮ ਨਾਲ ਪਿਆਰ ਨਾਲ ਪੜ੍ਹੇ ਹੁਣ ਸਿਰਫ ਕੀ ਐ ਫੋਨ ਕੀਤਾ 2 ਮਿੰਟ ਦੇ ਵਿੱਚ ਡਾਇਰੈਕਟ ਗੱਲ ਹੋਈ ਤੇ ਬੱਸ ਗੱਲਬਾਤ ਪੂਰੀ ਸੋ ਇਸ ਤਰ੍ਹਾਂ ਇਹ ਸਾਰੇ ਕਾਰਨ ਨੇ ਜਿਹੜੇ ਕੀ ਅੱਜ ਕੱਲ ਚਿੱਠੀ ਲਿਖਣਾ ਉਹ ਬਿਲਕੁਲੀ ਖਤਮ ਹੋਣ ਦੀ ਕਗਾਰ ਤੇ ਆ ਬਿਲਕੁਲ ਤੇ ਨਾਲ ਹੀ ਆਪਾਂ ਨੂੰ ਰਾਈਟਰ ਇਹ ਦੱਸਦਾ ਹੈ ਕਿ ਕਿਦਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਚਿੱਠੀ ਲਿਖਣਾ ਹੈ ਉਹ ਜ਼ਿਆਦਾ ਪਪੂਲਰ ਜ਼ਿਆਦਾ ਫੇਮਸ ਕਿਉਂ ਸੀ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਕੋਲ ਟਾਈਮ ਸੀ ਉਹ ਵਿਹਲੇ ਸੀ ਉਹ ਚਿੱਠੀ ਲਿਖਦੇ ਸੀ ਤੇ ਦੂਸਰਾ ਕਾਰਨ ਇਹ ਵੀ ਸੀਗਾ ਕਿ ਚਿੱਠੀ ਲਿਖਣਾ ਉਸ ਸਮੇਂ ਦੇ ਵਿੱਚ ਬਹੁਤ ਹੀ ਮਹਿੰਗਾ ਪੈਂਦਾ ਸੀ ਹੁਣ ਜਿਹੜੀ ਚੀਜ਼ ਮਹਿੰਗੀ ਹੁੰਦੀ ਆ ਲੋਕ ਅਕਸਰ ਉਸ ਨੂੰ ਵਧੀਆ ਸਮਝਦੇ ਨੇ ਜਿਹੜੇ ਲੋਕ ਨੇ ਉਹ ਮਹੀਨੇ ਦੇ ਵਿੱਚ ਇੱਕ ਵਾਰ ਜਾਂ ਫਿਰ 6 ਮਹੀਨਿਆਂ ਬਾਅਦ ਹੀ ਚਿੱਠੀ ਲਿਖਿਆ ਕਰਦੇ ਸੀ ਤਾਂ ਜਿਸ ਨੂੰ ਵੀ ਆਪਾਂ ਚਿੱਠੀ ਲਿਖਦੇ ਸੀ ਆਪਣੇ ਰਿਸ਼ਤੇਦਾਰ ਨੂੰ ਜਾਂ ਫੈਮਿਲੀ ਨੂੰ ਉਦੋਂ ਇਹ ଥିਗਾ ਕਿ ਜਿਸ ਨੂੰ ਆਪਾਂ ਚਿੱਠੀ ਲਿਖਦੇ ਆ ਜਦੋਂ ਉਹ ਚਿੱਠੀ ਪੜ੍ਹਦੇ ਤਾਂ ਉਹਨਾਂ ਨੂੰ ਬੜੀ ਐਕਸਾਈਟਮੈਂਟ ਹੁੰਦੀ ਆਪਣੇ ਆਲੇ-ਦਾਲੇ ਗਵਾਂਡੀਆਂ ਨੂੰ ਵੀ ਜਿਹੜੀ ਚਿੱਠੀ ਆ ਉਹ ਪੜ੍ਹ ਕੇ ਸੁਣਾਈ ਜਾਂਦੀ ਸੀ ਇਸ ਲਈ ਚਿੱਠੀ ਲਿਖਣਾ ਜਿਹੜਾ ਉਦੋਂ ਐਕਸਾਈਟਮੈਂਟ ਸੀ ਇੱਕ ਉਸ ਸਮੇਂ ਦੇ ਆਪਾਂ ਨੂੰ ਕੁਝ ਜਿਹੜੇ ਪ੍ਰਸਿੱਧ ਲੈਟਰ ਰਾਈਟਰਸ ਹੋਏ ਨੇ ਉਹਨਾਂ ਦਾ ਆਪਾਂ ਨੂੰ ਨਾਮ ਵੀ ਮੈਂਸ਼ਨ ਕੀਤਾ ਏਜੀ ਗਾਰਡੀਨਰ ਨੇ ਜਿਨ੍ਹਾਂ ਦੇ ਵਿੱਚ ਕਾਪਰ ਹੋਰਸ ਵਾਲਪੋਲ ਬਾਇਰਨ ਐਂਡ ਕਰਲੇਲ ਇਹ ਸਾਰੇ ਜਿਹੜੇ ਰਾਈਟਰ ਨੇ ਉਸ ਸਮੇਂ ਦੇ ਜਦੋਂ ਚਿੱਠੀ ਲਿਖਣਾ ਬਹੁਤ ਹੀ ਜ਼ਿਆਦਾ ਪ੍ਰਸਿੱਧ ਸੀਗਾ ਇਹ ਕੁਝ ਜਿਹਾ ਆਪਾਂ ਨੂੰ ਰਾਈਟਰ ਦੇ ਨਾਮ ਦੱਸੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਫੇਮਸ ਸੀਗੇ ਲੈਟਰ ਰਾਈਟਿੰਗ ਦੇ ਵਿੱਚ ਬਟ ਕੀ ਹੈ ਅੱਜ ਕੱਲ ਕਹਿੰਦਾ ਕੀ ਹੋ ਗਿਆ ਟੈਕਨੋਲੋਜੀ ਦੇ ਨਾਲ ਜਿਹੜਾ ਆਪਣਾ ਮੇਨ ਕਨਸੈਪਟ ਹੈ ਆਪਣੇ ਇਸ 에ਸੇ ਦਾ ਇਹੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਚਿੱਠੀਆਂ ਲਿਖਿਆ ਕਰਦੇ ਸੀ ਕਿਉਂ ਲਿਖਿਆ ਕਰਦੇ ਸੀ ਉਹਨਾਂ ਕੋਲ ਟਾਈਮ ਸੀ ਸਮਾਂ ਸੀਗਾ ਔਰ ਦੂਸਰਾ ਉਹਨਾਂ ਕੋਲ ਜਿਹੜੀ ਚਿੱਠੀ ਆਉਣੀ ਜਾਂ ਚਿੱਠੀ ਲਿਖਣੀ ਇੱਕ ਐਕਸਾਈਟਮੈਂਟ ਸੀਗੀ ਜਿਸ ਕਿਸੇ ਨੂੰ ਵੀ ਆਪਾਂ ਚਿੱਠੀ ਲਿਖਦੇ ਜਦੋਂ ਕਿਸੇ ਦੀ ਚਿੱਠੀ ਰਿਸੀਵ ਕਰਦੇ ਤਾਂ ਉਹ ਦੂਸਰੇ ਲੋਕਾਂ ਨੂੰ ਵੀ ਪੜ ਕੇ ਸੁਣਾਉਂਦੇ ਸੀਗੇ ਆਪਣੇ ਗਵੰਡੀਆਂ ਨੂੰ ਵੀ ਪੜ ਕੇ ਸੁਣਾਉਂਦੇ ਸੀ ਕਿ ਸਾਡੀ ਸਾਡੇ ਲੜਕੇ ਦੀ ਚਿੱਠੀ ਆਈ ਹੈ ਜਾਂ ਸਾਡੇ ਰਿਸ਼ਤੇਦਾਰ ਦੀ ਚਿੱਠੀ ਆਈ ਹੈ ਜਿਹੜਾ ਕਿ ਅੱਜ ਕੱਲ ਨਹੀਂ ਹੈਗਾ ਅਗਲੀ ਗੱਲ ਚਿੱਠੀ ਲਿਖਣਾ ਜਿਹੜਾ ਇੱਕ ਮਹਿੰਗਾ ਪ੍ਰੋਸੈਸ ਸੀਗਾ ਜੋ ਕੋਈ ਵੀ ਚੀਜ਼ ਹੈ ਇਹ ਆਪਣੀ ਮੈਂਟੈਲਿਟੀ ਹੈ ਜਿੱਦਾਂ ਕਿ ਪਹਿਲਾਂ ਆਪਾਂ ਦੱਸੀ ਹੈ ਕੋਈ ਵੀ ਚੀਜ਼ ਮਹਿੰਗੀ ਹੋਵੇ ਉਸ ਨੂੰ ਵਧੀਆ ਮੰਨਿਆ ਜਾਂਦਾ ਹੈ ਤਾਂ ਇਸ ਲਈ ਚਿੱਠੀ ਲਿਖਣਾ ਉਸ ਟਾਈਮ ਦੇ ਵਿੱਚ ਵਧੀਆ ਮੰਨਿਆ ਜਾਂਦਾ ਸੀਗਾ ਪਰ ਅੱਜ ਕੱਲ ਕੀ ਹੈ ਲੋਕਾਂ ਕੋਲ ਨਾ ਤਾਂ ਟਾਈਮ ਹੈ ਚਿੱਠੀ ਲਿਖਣ ਦਾ ਔਰ ਬਿਲਕੁਲੇ ਸਸਤਾ ਸਾਧਨਾ ਕੋਈ ਪਸੰਦ ਵੀ ਨਹੀਂ ਕਰਦਾ ਕਿਉਂ ਕਿ ਕਿਉਂਕਿ ਜਿਹੜਾ ਮਾਡਰਨ ਜਵਾਨ ਹੈ ਆਪਣਾ ਉਹਦੇ ਵਿੱਚ ਇੰਟਰਨੈਟ ਆਉਣ ਦੇ ਨਾਲ ਮੋਬਾਈਲ ਫੋਨ ਆਉਣ ਦੇ ਨਾਲ ਤੇ ਈਮੇਲ ਵਗੈਰਾ ਤੇ ਸਿੱਧੀ ਡਾਇਰੈਕਟ ਗੱਲ ਹੋਣ ਦੇ ਨਾਲ ਹੁਣ ਤਾਂ ਆਨਲਾਈਨ ਵੀਡੀਓ ਕਾਲ ਵੀ ਹੋ ਜਾਂਦੀ ਹੈ ਉਸ ਕਾਰਨ ਜਿਹੜੀ ਆਪਣੀ ਇਹ ਪਰੰਪਰਾ ਹੈ ਜਿਹੜੀ ਆਪਣੀ ਇੱਕ ਟਰੈਡੀਸ਼ਨ ਸੀ ਲੈਟਰ ਲਿਖਣ ਦੀ ਚਿੱਠੀ ਲਿਖਣ ਦੀ ਉਹ ਕਹਿੰਦੇ ਖਤਮ ਹੁੰਦੀ ਜਾ ਰਹੀ ਹੈ ਸੋ ਇਸ ਐਸੇ ਦੇ ਵਿੱਚ ਆਪਾਂ ਨੂੰ ਰਾਈਟਰ ਜਿਹੜਾ ਏਜੀ ਗਾਰਡੀਨਰ ਉਹ ਸਿਰਫ ਆਪਾਂ ਨੂੰ ਇਸ ਚਿੱਠੀ ਲਿਖਣ ਦੇ ਬਾਰੇ ਹੀ ਆਪਾਂ ਨੂੰ ਦੱਸਿਆ ਗਿਆ ਬਸ ਸਿਰਫ ਆਪਾਂ ਨੇ ਇਹੀ ਤੁਲਨਾ ਕੀਤੀ ਗਈ ਹੈ ਇਸ ਐਸੇ ਦੇ ਵਿੱਚ ਕਿ ਚਿੱਠੀ ਲਿਖਣਾ ਪੁਰਾਣੇ ਜਵਾਨੇ ਦੇ ਵਿੱਚ ਕਿੰਨਾ ਐਕਸਾਈਟਡ ਸੀਗਾ ਵਧੀਆ ਸੀਗਾ ਲੋਕ ਚਿੱਠੀ ਲਿਖਦੇ ਸੀਗੇ ਬਟ ਅੱਜ ਦੇ ਸਮੇਂ ਦੇ ਵਿੱਚ ਉਹ ਜਿਹੜਾ ਚਿੱਠੀ ਲਿਖਣਾ ਉਹ ਬੰਦ ਹੋ ਗਿਆ ਹਾਲਾਂਕਿ ਹੈ ਕੁਝ ਹੱਦ ਤੱਕ ਬਟ ਫਿਰ ਵੀ ਓਨੀ ਜ਼ਿਆਦਾ ਐਕਸਾਈਟਮੈਂਟ ਨਹੀਂ ਹੈਗੀ ਕਿਉਂ ਮਾਡਰਨ ਟੈਕਨੋਲੋਜੀ ਆਉਣ ਦੇ ਨਾਲ ਸੋ ਇਸ 에ਸੇ ਦੇ ਵਿੱਚ ਸਿਰਫ ਇਹੀ ਸੀਗਾ ਆਈ ਹੋਪ ਕਿ ਤੁਹਾਨੂੰ ਸਮਝ ਆਈ ਹੋਵੇਗੀ ਜੇਕਰ ਤੁਹਾਨੂੰ ਸਟੋਰੀ ਦੀ ਸਮਰੀ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਸਮਝ ਆਈ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਜੇਕਰ ਚੈਨਲ ਉੱਪਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਹੋਰ ਇਸੇ ਤਰ੍ਹਾਂ ਦੀਆਂ ਸਟੋਰੀਜ਼ ਦੇਖਣ ਲਈ ਚੈਨਲ ਦੇ ਉੱਪਰ ਚੈਨਲ ਦੀ ਪਲੇਲਿਸਟ ਦੇ ਵਿੱਚ ਪਹੁੰਚ ਕੇ ਤੁਸੀਂ ਸਟੋਰੀਆਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਸੋ ਜਦੋਂ ਤੱਕ ਆਪਣੀ ਅਗਲੀ ਵੀਡੀਓ ਆਉਂਦੀ ਹੈ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ so much